ਹਾਂਜੀ, ਇਸ ਵੇਲੇ ਦੀ ਵੱਡੀ ਖਬਰ ਆਈ ਹੈ ਪ੍ਰੋਡਿਊਸਰ DX ਬਾਰੇ। ਸੋਸ਼ਲ ਮੀਡੀਆ 'ਤੇ ਆਪਣੀਆਂ ਅਸ਼ਲੀਲ ਵੀਡੀਓ ਬਣਾਉਣ ਵਾਲਾ ਪ੍ਰੋਡਿਊਸਰ DX ਅਤੇ ਉਸ ਦੇ ਸਾਥੀ ਆਪਣਾ ਫੇਸਬੁੱਕ ਪੇਜ ਬੰਦ ਕਰ ਗਏ ਹਨ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਅਸ਼ਲੀਲ ਗਾਲਾਂ ਵਾਲੀਆਂ ਪਿੰਡਾਂ ਦੇ ਨਾਮ ਲੈ ਕੇ ਵੀਡੀਓ ਬਣਾਉਣੀਆਂ ਕਿ ਅਸੀਂ ਫਲਾਣੇ ਪਿੰਡ ਦੀ ਕੁੜੀ ਚੁੱਕੀ ਸੀ ਅਤੇ ਹੋਰ ਗੰਦ ਮੰਦ ਬਕਣ ਵਾਲੇ ਅਤੇ ਰਾਮ ਰਹੀਮ ਦੇ ਚੇਲੇ। ਪ੍ਰੋਡਿਊਸਰ DX ਅਤੇ ਉਸ ਦੇ ਸਾਥੀ ਮਾਫ਼ੀ ਮੰਗ ਕੇ ਆਪਣਾ ਫੇਸਬੁੱਕ ਪੇਜ ਬੰਦ ਕਰ ਗਏ ਹਨ। ਕੱਲ੍ਹ ਲੱਖਾ ਸਧਾਣਾ ਵੀ ਇਸ ਦੇ ਪਿੰਡ ਗਿਆ ਸੀ, ਜਿੱਥੇ ਉਸਨੇ ਕਿਹਾ ਸੀ ਕਿ ਜਿਸ ਰਾਹ ਚਮਕੀਲਾ ਗਿਆ ਉਸੇ ਰਾਹ ਇਹ ਪ੍ਰੋਡਿਊਸਰ DX ਵੀ ਜਾਵੇਗਾ। ਇਹਨਾਂ ਗੱਲਾਂ ਦੇ ਵਿੱਚ ਫਸ ਜਾ ਪਤਾ ਉਦੋਂ ਲੱਗਦਾ, ਇੱਕ ਵਾਰੀ ਆਪਾਂ ਨੂੰ ਚਾੜ ਲੱਗਦੀ ਹੁੰਦੀ ਆ ਵੀ ਫੇਸਬੁੱਕ ਤੇ, ਮਗਰ ਕਮੈਂਟ ਚੱਕਦੇ ਬਾਈ ਫੱਟੇ ਬਹੁਤ ਵਧੀਆ ਬਾਈ ਸਿਰਾ ਕਰਤਾ, ਜਦੋਂ ਸਾਹਮਣਾ ਹੁੰਦਾ ਉਦੋਂ ਪਤਾ ਲੱਗਦਾ। ਅਸੀਂ ਕਹਿੰਦੇ ਹਾਂ ਇਹ ਗੱਲ ਹੋਰ ਰਾਹ ਨਾ ਪਵੇ, ਇਹ ਗੱਲ ਹੋਰ ਵੀ ਤੁਹਾਨੂੰ ਤੁਹਾਡੇ ਪਿੰਡ ਚੋਂ ਆ ਕੇ ਪਤਾ ਲੱਗੀ ਹੈ ਕਿ ਪ੍ਰੇਮੀ ਵੀ ਨੇ, ਪ੍ਰੇਮੀ ਨੇ ਜੇ ਮੁੱਦਾ ਹੀ ਰੰਗ ਹੀ ਕੋਈ ਰੰਗ ਤੇ ਹੋਰ ਫੜ ਗਿਆ ਮੁੱਦਾ, ਫਿਰ ਬੜਾ ਨੁਕਸਾਨ ਹੋਣਾ। ਅੱਲਾ ਕਹਿੰਦਾ ਪਤਾ ਨਹੀਂ ਪ੍ਰੇਮੀ ਕਰਕੇ ਇਹ ਸਾਡੀ ਜਵਾਨੀ ਨੂੰ ਖਰਾਬ ਕਰ ਰਹੇ ਨੇ। ਇਹ ਕਹਾਣੀ ਰੂਪ ਹੀ ਕੋਈ ਹੋਰ ਲੈ ਜਾਊਗੀ, ਅੱਜ ਤਾਂ ਚੌੜਾ ਕੱਲ ਨੂੰ ਹੋਰ ਰਾਹ ਫੜਿਆ ਜਾਊਗਾ। ਗੱਲ ਵੀ ਜੁੜਦੀ ਹੈ, ਗੱਲ ਕਿੱਥੋਂ ਜੁੜਦੀ ਹੈ, ਜਿਵੇਂ ਸਰਸੇ ਵਾਲਾ ਸਾਹ ਸੀ, ਜਿਵੇਂ ਉਹ ਪਾਉਣ ਲੱਗਾ ਸੀ ਗੰਦ, ਥੁੱਕ ਲਾ ਕੇ ਪਤਾ ਨੀ ਕੀ ਜੁੜਦੀ ਹੈ, ਉਹੀ ਗੰਦ ਇਹ ਪਾਉਣ ਲੱਗ ਗਏ, ਉੱਥੋਂ ਜੁੜਦੀ ਹੈ। ਪਤਾ ਨੀ ਯਾਰ ਪ੍ਰੇਮੀਆਂ ਦੀ ਕੋਈ ਪਲੈਨਿੰਗ ਨਾ ਹੋਵੇ, ਕਿੱਡਾ ਵੱਡਾ ਵਿਵਾਦ ਹੋਇਆ ਪ੍ਰੇਮੀਆਂ ਕਰਕੇ, ਬਰਗਾੜੀ ਕੀ ਕੁਛ ਹੋਇਆ, ਉਹਦਾ ਸੰਤਾਪ ਪੰਜਾਬ ਅੱਜ ਵੀ ਭੋਗੀ ਜਾਂਦਾ। ਜੇ ਤੁਹਾਨੂੰ ਅਸੀਂ ਵੀਡੀਓ ਕਲਿੱਪ ਦਿਖਾ ਦਈਏ ਨਾ, ਉਹ ਵੀ ਜਿਹੜੀ ਫੜੀ ਮੈਂ ਦੇਖੋ ਦੀ, ਜਿਹੜੀ ਮੇਰੇ ਪਿੰਡ ਦੀ ਹੈ, ਮੇਰਾ ਪਿੰਡ ਰਾਮਣਵਾਸ ਆ, ਜਿਹੜੀ ਉਹ ਵੀਡੀਓ ਕਲਿੱਪ ਆ ਜਿਹਦੇ 'ਚ ਉਹ ਇੱਕ ਕੁੜੀ ਦਾ ਨਾਮ ਲੈ ਰਹੇ ਆ, ਜੇ ਉਹ ਕੁੜੀ ਦਾ ਨਾਮ ਕਿਤੇ ਸਹੀ ਕਿਸੇ ਕੁੜੀ ਦਾ ਨਾਮ ਲੈਤਾ ਜਾਂਦਾ, ਘਰ ਪਤਾ ਕਿੰਨੇ ਬਰਬਾਦ ਹੋਣੇ ਸੀ। ਇੱਕ ਕੁੜੀ ਦੇ ਮਾਪਿਆਂ ਦਾ ਜਿੱਥੇ ਵਿਆਹੀ ਸੀ ਉਹਨਾਂ ਦਾ, ਤੇ ਉਹ ਕੁੜੀ ਨੇ ਕੀ ਸਟੈਂਡ ਲੈਣਾ ਸੀ, ਕੀ ਉਹਨੂੰ ਖਾਣਾ ਪੈਣਾ ਸੀ, ਕੁਛ ਹੋਰ ਖਾ ਲੈਣੀ, ਤੇ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ, ਸੱਚ ਜਾਣਿਓ ਭਾਵੇਂ ਉਹ ਕੁੜੀ ਦਾ ਨਾਮ ਪਤਾ ਨਹੀਂ ਹੈਗਾ ਕੀ ਗੱਲਬਾਤ ਆ, ਪਰ ਸਾਡੇ ਸਾਰਿਆਂ ਦੀਆਂ ਭੈਣਾਂ ਨੂੰ ਕਿਹਾ, ਜੇ ਅੱਜ ਉਹ ਸਾਡੇ ਪਿੰਡ ਨੂੰ ਕਹਿ ਸਕਦੇ ਆ, ਕੁੱਤਾ ਇੱਕ ਹੁੰਦਾ ਨਾ ਜਿਹੜਾ ਵਫਾਦਾਰ ਕੁੱਤਾ ਹੁੰਦਾ, ਜੇ ਮਾਲਕ ਦਾ ਬਣ ਕੇ ਰਹੇ ਜਦੋਂ ਹੱਕ ਗਿਆ, ਉਹ ਫਿਰ ਕਿਸੇ ਦਾ ਹੁੰਦਾ ਨਹੀਂ। ਨਾਲ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਰਾਮ ਰਹੀਮ ਦੇ ਕੁਝ ਚੇਲੇ ਇਸ ਪ੍ਰੋਡਿਊਸਰ DX ਦੀ ਸਪੋਰਟ 'ਤੇ ਆਏ ਹਨ। ਇਹ ਵੀ ਪਤਾ ਲੱਗਾ ਹੈ ਕਿ ਪ੍ਰੋਡਿਊਸਰ DX ਅਤੇ ਉਸ ਦੇ ਨਾਲ ਦੇ ਮੁੰਡੇ ਪੰਜਾਬ ਛੱਡ ਕੇ ਬਾਹਰਲੀਆਂ ਸਟੇਟਾਂ ਨੂੰ ਭੱਜ ਗਏ ਹਨ। ਹਾਓ ਝੱਕੀ ਚੱਲ ਫੱਟੇ ਤੇਰੇ ਨਾਲ ਖੜਦੇ, ਕਰੀ ਜਾਣ ਗੱਲਾਂ ਜਿਹੜੇ ਗੱਲਾਂ ਕਰਦੇ, ਉਹ ਆਖਦੇ ਆ ਕਈ ਗੰਦ ਮੰਦ ਬੋਲਦੇ, ਸਾਡੇ ਲਈ ਤਾਂ ਬੋਲ ਤੇਰੇ ਖੰਡ ਵਰਗੇ, ਆਖਦੇ ਆ ਕਈ ਗੰਦ ਮੰਦ ਬੋਲਦੇ, ਸਾਡੇ ਲਈ ਤਾਂ ਬੋਲ ਤੇਰੇ ਖੰਡ ਵਰਗੇ, ਉਹ ਚੰਗਾ ਬੜਾ ਸੋਚਣਾ ਏ ਸੋਚਦੇ ਡਿਪੈਂਡ, ਗੱਲਬਾਤ ਐਂਡ ਬਾਈ ਪ੍ਰੋਡਿਊਸਰ ਤੂੰ ਜਮਾਇਆ ਰੈਂਡ, ਗੱਲਬਾਤ ਐਂਡ ਬਾਈ ਪ੍ਰੋਡਿਊਸਰ ਤੂੰ ਜਮਾਇਆ ਰੈਂਡ, ਓ ਟਾਰਜਨ ਮਹਿਕਮੇ ਦਾ ਦਿਲੋਂ ਪਿਆਰ, ਅਸੀਂ ਤੇਰੇ ਫੈਨ ਵੀਰੇ ਸਾਡਾ ਤੂੰ ਛਟਾਰ, ਤੇਰੇ ਆਹੀ ਰਾਹਾਂ ਉੱਤੇ ਚੱਲੀ ਜਾਂਦੇ ਹਾਂ, ਅਮੀਰਗੜ ਆ ਕੇ ਵੇਖ ਉਹੀ ਕਾਰੋਬਾਰ, ਤੇਰੇ ਆਹੀ ਰਾਹਾਂ ਉੱਤੇ ਚੱਲੀ ਜਾਂਦੇ ਹਾਂ, ਅਮੀਰਗੜ ਆ ਕੇ ਵੇਖ ਉਹੀ ਕਾਰੋਬਾਰ, ਆ ਚੱਕ ਵੀਡੀਓ ਹੈ ਤੇਰੇ ਲਈ ਹੀ ਸੈਂਡ, ਚਾਚਾ ਵਾਹ ਗੱਲਬਾਤ ਐਂਡ।